ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਜਗਪ੍ਰੀਤ ਮੈਂ ਇੱਕ ਵਾਰ ਫਿਰ ਹਾਜ਼ਰ ਅੱਜ। ਸੋ ਕੋਸ਼ਿਸ਼ ਰਹਿੰਦੀ ਹੈ ਕਿ ਮੇਰੀ ਮੈਂ ਤੁਹਾਡੇ ਲਈ ਸ਼ੋਜ਼ ਕੁਝ ਐਪੀਸੋਡਸ ਬਣਾਉਂਦਾ ਰਹਾਂ ਜਿਹੜੇ ਕਿ ਇਨਫੋਰਮੇਟਿਵ ਹੋਣ। ਸੋ ਜਿੰਨੇ ਵੀ ਸਟੂਡੈਂਟਸ UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਪੜ੍ਹਨਾ ਚਾਹੁੰਦੇ ਆ ਔਰ ਵਿਦੇਸ਼ ਵਿੱਚ ਆਪਣੀਆਂ ਪੜ੍ਹਾਈਆਂ ਕਰਨੀਆਂ ਚਾਹੁੰਦੇ ਆ, ਉਹਨਾਂ ਦੀਆਂ ਰਿਕੁਆਇਰਮੈਂਟਸ ਆ, ਉਹਨਾਂ ਦੇ ਡਾਊਟਸ ਨੂੰ ਕਲੀਅਰ ਕਰਦਾ ਰਹਾਂ। ਸੋ ਕੁਝ ਐਸੇ ਜਿਹੇ ਸ਼ੋਜ਼ ਲੈ ਕੇ ਮੇਰੀ ਕੋਸ਼ਿਸ਼ ਰਹਿੰਦੀ ਹੈ। ਤੋ ਅੱਜ ਮੈਂ ਤੁਹਾਡੇ ਨਾਲ ਇੱਕ ਇੰਸੀਡੈਂਟ ਸ਼ੇਅਰ ਕਰਾਂਗਾ। ਚੰਡੀਗੜ੍ਹ ਤੋਂ ਆ ਰਿਹਾ ਸੀ ਅੱਜ, ਮੈਂ ਕਾਰ ਡਰਾਈਵ ਕਰ ਰਿਹਾ ਸੀ ਤੇ ਮੇਰੇ ਰਿਲੇਟਿਵ ਨੇ, ਇੱਕ ਕਜ਼ਨ ਨੇ, ਉਹਨਾਂ ਨੇ ਆਪਣਾ ਆਇਲਸ ਦਾ ਇੱਕ ਟੈਸਟ ਫਿਲ ਕੀਤਾ ਸੀ ਲੁਧਿਆਣਾ ਦੇ ਵਿੱਚ ਹੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਲੁਧਿਆਣੇ ਤੋਂ ਜਾਂਦੇ ਹੋਏ ਤੁਸੀਂ ਵਾਪਸ ਜਲੰਧਰ ਲੈ ਜਾਇਓ। ਸੋ ਉਹ ਦੌਰਾਨ ਗੱਡੀ ਦੇ ਆਉਂਦੇ ਹੋਏ ਉਹਨਾਂ ਨੇ, ਜਦੋਂ ਮੈਂ ਉਹਨਾਂ ਨੂੰ ਉੱਥੋਂ ਨਾਲ ਲਿਆ ਲੁਧਿਆਣਾ ਤੋਂ, ਉਹਨਾਂ ਨੇ ਆਪਣੇ ਵਿਊਜ਼ ਮੇਰੇ ਨਾਲ ਸ਼ੇਅਰ ਕੀਤੇ ਕਿ ਅੱਜ ਜਿਹੜਾ ਇਗਜ਼ਾਮ ਉਹਨਾਂ ਨੇ ਲੁਧਿਆਣਾ ਦੇ ਵਿੱਚ ਕੀਤਾ ਉਹ ਬਹੁਤ ਟਫ ਆਇਆ। ਸਪੈਸ਼ਲੀ ਉਹਨਾਂ ਨੇ ਗੱਲ ਕੀਤੀ ਰੀਡਿੰਗ ਐਂਡ ਰਾਈਟਿੰਗ ਨੂੰ ਲੈ ਕੇ ਕਿ ਬਹੁਤ ਜ਼ਿਆਦਾ ਮੁਸ਼ਕਿਲ ਆਇਆ। ਸੋ ਗੱਲ ਕਰਦੇ ਸੀਗੇ ਤੋ ਇਸੇ ਦੌਰਾਨ ਕੁਝ ਹੋਰ ਚੀਜ਼ਾਂ ਵੀ ਆਇਲਸ ਦੀਆਂ ਆਪਾਂ ਡਿਸਕਸ਼ਨ ਕੀਤੀ ਇਨ ਡੈਪਥ। ਸੋ ਇੱਕ ਚੀਜ਼ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਕਿ ਸਪੀਕਿੰਗ ਮਡਿਊਲ ਵੀ ਜਿਹੜਾ ਉਹ ਵੀ ਉਹਨਾਂ ਦਾ ਕੁਝ ਵਧੀਆ ਨਹੀਂ ਰਿਹਾ ਜਿਹੜਾ ਉਹਨਾਂ ਦਾ 4 ਦਿਨ ਪਹਿਲਾਂ ਹੋਇਆ ਸੀ। ਸੋ ਕਾਫੀ ਟਾਈਮ ਪਹਿਲਾਂ ਵੀ ਮੇਰੇ ਨਾਲ 1-2 ਵਾਰ ਸ਼ੇਅਰ ਹੋਈਆਂ ਸੀ ਚੀਜ਼ਾਂ ਜਿਹਦੇ ਵਿੱਚ ਸਟੂਡੈਂਟਸ ਨੇ ਮੇਰੇ ਨਾਲ ਸ਼ੇਅਰ ਕੀਤਾ ਕਿ ਮੋਗਾ ਸਿਟੀ ਨੂੰ ਖਾਸ ਤੌਰ ਤੇ ਕਿ ਮੋਗਾ ਦੇ ਵਿੱਚ ਆਪਾਂ ਆਪਣਾ ਆਇਲਸ ਕਰੀਏ ਜਾਂ ਆਪਣਾ ਸਪੀਕਿੰਗ ਉੱਥੇ ਰੱਖੀਏ, ਤਾਂ ਉਹਦੇ ਨਾਲ ਉਹਨਾਂ ਦੇ ਮਾਰਕਸ ਜਾਂ ਕੁਐਸਚਨ ਜਿਹੜੇ ਨੇ ਉਹ ਈਜ਼ੀ ਹੁੰਦੇ ਆ ਔਰ ਮਾਰਕਸ ਜ਼ਿਆਦਾ ਸਕੋਰ ਕਰਦੇ ਨੇ ਬੈਂਡ ਜਿਹੜੇ ਨੇ। ਸੋ ਇਸ ਚੀਜ਼ ਦੇ ਉੱਤੇ ਮੈਂ ਕਾਫੀ ਇਨ ਡੈਪਥ ਰਿਸਰਚ ਕੀਤੀ, ਸਟੂਡੈਂਟਸ ਨੂੰ ਮਿਲਿਆ, ਕੁਝ ਆਇਲਸ ਜਿਹੜੇ ਮਾਹਰ ਟ੍ਰੇਨਰ ਨੇ ਜਾਂ ਅਕੈਡਮੀਜ਼ ਨੇ ਜਿਹੜੀਆਂ ਉਹਨੂੰ ਕਰਵਾਉਂਦੀਆਂ ਨੇ, ਤਾਂ ਮੇਰੀ ਉਹਨਾਂ ਦੇ ਨਾਲ ਕਾਫੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ। ਸੋ ਉਸ ਡਿਸਕਸ਼ਨ ਤੋਂ ਮੈਂ ਇਹ ਚੀਜ਼ ਕੰਕਲੂਡ ਕੀਤੀ ਕਿ ਜਿਹੜਾ ਆਇਲਸ ਦਾ ਟੈਸਟ ਕਰਵਾਇਆ ਜਾਂਦਾ ਉਹ ਇੱਕ ਟਾਈਮ ਤੇ ਇੱਕ ਟਾਈਮ ਜ਼ੋਨ ਦੇ ਵਿੱਚ ਉਹ ਸੇਮ ਟੈਸਟ ਹੁੰਦਾ। ਮੀਨਸ ਕਿ ਇੱਕ ਟਾਈਮ ਜ਼ੋਨ ਦੇ ਵਿੱਚ ਜਿਹੜੇ ਵੀ ਕੰਟਰੀਜ਼ ਲਾਈ ਕਰਦੇ ਨੇ ਉਹ ਕੈਂਬਰਿਜ ਯੂਨੀਵਰਸਿਟੀ ਸੇਮ ਟੈਸਟ ਕੰਡਕਟ ਕਰਦੀ ਹੈ। ਸੇਮ ਟੈਸਟ ਤੋਂ ਮਤਲਬ ਇਹ ਹੈ ਕਿ ਜਿਹੜਾ ਲਿਸਨਿੰਗ, ਰੀਡਿੰਗ ਐਂਡ ਰਾਈਟਿੰਗ ਦਾ ਮੋਡਿਊਲਸ ਦਾ ਟੈਨਿਊਰ ਰਹਿੰਦਾ ਉਹ ਬਿਲਕੁਲ ਸੇਮ ਰਹਿੰਦਾ ਔਰ ਉਹਨਾਂ ਦੇ ਕੁਐਸਚਨਸ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਆਉਂਦਾ, ਨਾ ਕਿ ਉਹਨਾਂ ਦੀ ਡਿਫੀਕਲਟੀ ਦੇ ਵਿੱਚ। ਸੋ ਮੇਰੇ ਸਟੂਡੈਂਟਸ ਜਿਹੜੇ ਕਿ ਇਸ ਵਹਿਮ ਦੇ ਵਿੱਚ ਰਹਿੰਦੇ ਨੇ ਔਰ ਬਹੁਤ ਵੱਡਾ ਆਇਲਸ ਨੂੰ ਲੈ ਕੇ ਇੱਕ ਵਹਿਮ ਬਣਿਆ ਰਹਿੰਦਾ ਕਿ ਮੋਗਾ ਸਿਟੀ ਦੇ ਵਿੱਚ ਜਿਹੜਾ ਆ ਉਹ ਟੈਸਟ ਸੌਖਾ ਆਉਂਦਾ ਜਾਂ ਉੱਥੇ ਜਿਹੜਾ ਵੀ ਕੋਈ ਆਪਣਾ ਟੈਸਟ ਫਿਲ ਕਰਦਾ, ਚਾਹੇ ਉਹ ਲਿਸਨਿੰਗ, ਰੀਡਿੰਗ, ਰਾਈਟਿੰਗ ਹੈ, ਚਾਹੇ ਸਪੀਕਿੰਗ ਮੋਡਿਊਲ ਹੈ, ਉਹਨਾਂ ਦੇ ਬੈਂਡ ਸਕੋਰ ਜ਼ਿਆਦਾ ਆਉਂਦਾ ਹੈ। ਸੋ ਇਸ ਵਹਿਮ ਨੂੰ ਦੂਰ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਸਟੂਡੈਂਟਸ ਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਵੀ ਟੈਸਟ ਕੰਡਕਟ ਕੀਤੇ ਜਾਂਦੇ ਨੇ ਉਹ ਚਾਹੇ ਪੰਜਾਬ ਦੇ ਵਿੱਚ ਹੈ ਜਾਂ ਸ਼ਹਿਰਾਂ ਦੇ ਵਿੱਚ ਜਾਂ ਇੰਡੀਆ ਦੇ ਕਿਸੇ ਵੀ ਪਾਰਟਸ ਕੀਤੇ ਜਾਂਦੇ ਆ, ਸੋ ਉਹ IDP ਹੋਏ ਚਾਹੇ ਬ੍ਰਿਟਿਸ਼ ਕੌਂਸਲ ਹੋਏ, ਇਹ ਟੈਸਟ ਸੇਮ ਕੰਡਕਟ ਕੀਤਾ ਜਾਂਦਾ। ਸੋ ਅਗਰ ਟੈਸਟ ਸੇਮ ਹੈ, ਅਗਰ IDP ਔਰ ਬ੍ਰਿਟਿਸ਼ ਕੌਂਸਲ ਵੀ ਟੈਸਟ ਕੰਡਕਟ ਕਰਦੀ ਹੈ, ਤਾਂ ਉਹਦੇ ਨਾਲ ਸ਼ਹਿਰਾਂ ਦੇ ਵਿੱਚ ਉਹ ਕੋਈ ਵੀ ਡਿਫਰੈਂਸ ਨਹੀਂ ਪਾ ਸਕਦੀ। ਇੰਨੀ ਬਾਇਸਿੰਗ ਉਹ ਕੰਪਨੀ ਜਾਂ ਇੰਡਸਟਰੀ ਕੋਈ ਵੀ ਸਟੂਡੈਂਟਸ ਦੇ ਨਾਲ ਨਹੀਂ ਕਰ ਸਕਦੀ। ਸੋ ਮੋਗਾ ਦੇ ਵਿੱਚ ਜਿਹੜੇ ਲਿਸਨਿੰਗ, ਰਾਈਟਿੰਗ ਐਂਡ ਰੀਡਿੰਗ ਦੇ ਹੁੰਦੇ ਨੇ, ਸੋ ਉਹਨਾਂ ਦਾ ਵੀ ਡਿਫੀਕਲਟੀ ਲੈਵਲ ਜਾਂ ਸੇਮ ਕੁਐਸਚਨ ਪੇਪਰ ਹੀ ਦਿੱਤਾ ਜਾਂਦਾ ਮੋਗਾ ਦੇ ਵਿੱਚ, ਉਹਦੇ ਵਿੱਚ ਕੋਈ ਡਿਫਰੈਂਸ ਨਹੀਂ ਹੁੰਦਾ। ਸੋ ਉਹ ਸਾਰੇ ਵਿਦਿਆਰਥੀ ਜਿਹੜੇ ਵੀ ਆਇਲਸ ਕਰਨਾ ਚਾਹੁੰਦੇ ਨੇ ਜਾਂ ਉਹ ਅੱਗੇ ਉਹਦੀ ਤਿਆਰੀ ਕਰ ਰਹੇ ਆ, ਸੋ ਇਸ ਵਹਿਮ ਦੇ ਵਿੱਚ ਨਾ ਰਹਿਣ ਕਿ ਉਹਨਾਂ ਨੇ ਮੋਗਾ ਦੇ ਵਿੱਚ ਪੇਪਰ ਦੇਣਗੇ ਤਾਂ ਸੌਖਾ ਹੋਏਗਾ। ਇਹਦਾ ਇੱਕ ਲੌਜੀਕਲ ਰੀਜ਼ਨਿੰਗ ਇਹ ਹੈ, ਸਪੋਜ਼ ਤੁਸੀਂ ਅੱਜ ਜਲੰਧਰ ਦੇ ਵਿੱਚ ਆਪਣਾ ਇਗਜ਼ਾਮ ਦਿੱਤਾ, ਉਸ ਤੋਂ ਬਾਅਦ ਤੁਸੀਂ ਸੈਟਿਸਫਾਈਡ ਨਹੀਂ ਹੋ ਜਾਂ ਤੁਹਾਡੇ ਉਹ ਡਿਜ਼ਾਇਰੇਬਲ ਬੈਂਡਸ ਨਹੀਂ ਆਏ ਉਹਦੇ ਵਿੱਚ, ਸੋ ਸੈਕਿੰਡ ਟਾਈਮ ਤੁਸੀਂ ਟੈਸਟ ਫਿਲ ਕਰਦੇ ਹੋ, ਤੁਹਾਨੂੰ ਡੇਟ ਮਿਲ ਜਾਂਦੀ ਹੈ ਜੀ ਅੰਮ੍ਰਿਤਸਰ, ਉਹ ਫਿਰ ਤੁਸੀਂ 1 ਮਹੀਨੇ ਬਾਅਦ ਟੈਸਟ ਫਿਲ ਕੀਤਾ ਹੁੰਦਾ। ਸੋ ਪਹਿਲਾਂ ਜਦੋਂ ਤੁਸੀਂ ਜਲੰਧਰ ਇਗਜ਼ਾਮ ਦਿੱਤਾ ਉਹਦੇ ਵਿੱਚ ਵੀ 2 ਮਹੀਨੇ ਦੀ ਤਿਆਰੀ ਸੀ, ਫਿਰ ਤੁਸੀਂ ਤੁਹਾਡੇ ਬੈਂਡਸ ਉੱਥੇ ਨਹੀਂ ਆਏ, ਫਿਰ ਤੁਸੀਂ ਅੰਮ੍ਰਿਤਸਰ ਜਾ ਕੇ ਇਗਜ਼ਾਮ ਦਿੱਤਾ ਉਹਦੇ 'ਚ ਵੀ ਤੁਹਾਡਾ 1 ਮਹੀਨੇ ਦੀ ਤਿਆਰੀ ਆ, ਔਰ ਫਿਰ ਜਦੋਂ ਸਟੂਡੈਂਟ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਮਿਲੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਟੈਸਟ ਹੁਣ ਮੋਗਾ ਦੇ ਦਿਓ ਉੱਥੇ ਜਾਣਾ। ਸੋ ਟੈਸਟ ਫਿਲ ਕਰਨ ਦੇ ਚੱਕਰ ਦੇ ਵਿੱਚ ਤੁਹਾਡੀ 3-4 ਮਹੀਨੇ ਦੀ ਤਿਆਰੀ ਜਿਹੜੀ ਉਹ ਹੋ ਜਾਂਦੀ ਹੈ। ਸੋ ਉਹ ਤਿਆਰੀ 1 ਮਹੀਨੇ ਬਾਅਦ ਜਿਹੜੀ ਤੁਸੀਂ ਜਲੰਧਰ ਦਿੱਤਾ ਸੀ ਜਾਂ ਉਹ ਤਿਆਰੀ ਜਿਹੜੀ ਤੁਸੀਂ 4 ਮਹੀਨੇ ਬਾਅਦ ਮੋਗਾ ਦਿੰਦੇ ਹੋ, ਓਬਵੀਅਸਲੀ ਤੁਹਾਡੇ 1.5 ਬੈਂਡ ਦਾ ਫਰਕ ਤਾਂ ਜ਼ਰੂਰ ਆਉਂਦਾ। ਸੋ ਇਹੀ ਇੱਕ ਰੀਜ਼ਨ ਹੈ ਕਿ ਮੋਗੇ ਤੱਕ ਪਹੁੰਚਦੇ ਪਹੁੰਚਦੇ ਸਟੂਡੈਂਟਸ ਦੀ ਤਿਆਰੀ ਵੱਧ ਜਾਂਦੀ ਹੈ ਔਰ ਉਹਨਾਂ ਦੇ ਬੈਂਡ ਵੱਧ ਜਾਂਦੇ ਆ। ਅਦਰਵਾਈਜ਼ ਇੱਦਾਂ ਦਾ ਕੁਝ ਵੀ ਸਿਨੈਰੀਓ ਨਹੀਂ ਹੈ ਕਿ ਮੋਗਾ ਸ਼ਹਿਰ ਦੇ ਵਿੱਚ ਟੈਸਟ ਸੌਖਾ ਆਉਂਦਾ ਜਾਂ ਸਪੀਕਿੰਗ ਸੌਖੀ ਕੀਤੀ ਜਾਂਦੀ ਹੈ। ਉਹਨਾਂ ਦੇ ਸਟੈਂਡਰਡਸ ਜਿਹੜੇ ਨੇ ਇਵੈਲੂਏਟ ਕਰਨ ਦੇ ਜਾਂ ਡਿਫੀਕਲਟੀ ਹੈ ਜਿਹੜੀ ਕੁਐਸਚਨ ਦੀ ਉਹ ਸੇਮ ਹੁੰਦੀ ਹੈ ਔਰ ਇੱਕੋ ਟਾਈਮ ਜ਼ੋਨ ਦੇ ਵਿੱਚ ਜਿੰਨੇ ਵੀ ਕੰਟਰੀਜ਼ ਆਉਂਦੇ ਨੇ ਉਹ ਇੱਕੋ ਟੈਸਟ ਹੀ ਉਹਨਾਂ ਤੋਂ ਫਿਲ ਕਰਵਾਇਆ ਜਾਂਦਾ।
ਸੋ ਇਹ ਵਹਿਮ ਆਪਣੇ ਮਨ ਵਿੱਚ ਨਾ ਰੱਖੋ ਕਿ ਮੋਗਾ ਸ਼ਹਿਰ ਦੇ ਵਿੱਚ ਟੈਸਟ ਸੌਖਾ ਹੈ ਜਾਂ IDP ਤੇ ਬ੍ਰਿਟਿਸ਼ ਕੌਂਸਲ ਦੇ ਟੈਸਟ ਫਾਰਮੈਟ 'ਚ ਡਿਫਰੈਂਸ ਹੈ। ਉਹ ਕੈਂਬਰਿਜ ਯੂਨੀਵਰਸਿਟੀ ਹੀ ਹੈ ਜੋ ਦੋਵੇਂ ਏਜੰਸੀਜ਼ ਦੇ ਥਰੂ ਆਪਣਾ ਟੈਸਟ ਕੰਡਕਟ ਕਰਾਉਂਦੀ ਹੈ। ਸੋ ਮੇਰੀ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਸਟੂਡੈਂਟ ਦੇ ਲਈ ਆਪਾਂ ਕੁਛ ਇਹੋ ਜਿਹੇ ਐਪੀਸੋਡਸ ਸ਼ੋਜ਼ ਲੈ ਕੇ ਆਉਂਦੇ ਰਹੀਏ ਇਨਫੋਰਮੇਟਿਵ, ਜਿਨ੍ਹਾਂ ਦੇ ਨਾਲ ਉਹਨਾਂ ਨੂੰ ਸਟੂਡੈਂਟਸ ਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਮਿਲ ਸਕੇ ਔਰ ਉਹ ਕਿਸੇ ਵੀ ਵਹਿਮ ਭਰਮ ਦੇ ਵਿੱਚ ਆਪਣੇ ਆਪ ਨੂੰ ਨਾ ਇਨਵੋਲਵ ਕਰਨ। ਸੋ ਕੋਸ਼ਿਸ਼ ਰਹੇਗੀ ਨੈਕਸਟ ਐਪੀਸੋਡਸ ਵੀ ਆਪਾਂ ਲੈ ਕੇ ਆਈਏ ਔਰ ਇਹਨਾਂ ਇਨਫੋਰਮੇਸ਼ਨਸ ਨੂੰ ਇਹ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਤੁਹਾਡੇ ਫੈਲੋ ਫਰੈਂਡਸ ਕੰਪੈਨੀਅਨਸ ਤੱਕ ਵੀ ਪਹੁੰਚਦੀ ਰਹੇ। ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ। ਥੈਂਕ ਯੂ।